ਇਹ ਟਰੈਕਟਰ ਟਰੈਕਟਰ ਖੇਨਣ ਗਿਆ ਹੈ ਇਹ ਕਿੰਨਾ ਦਾ ਮਿਲਿਆ 5 5 ਰੁਪਏ ਦਾ ਇਹ ਕਿੰਨਾ ਦਾ ਮਿਲਿਆ 5 ਇਹ ਦੋਹੇ 5 ਦੇ ਮਿਲਿਆ ਅੱਛਾ ਆਫਤਬ ਤੂੰ ਕਿਰੇ ਗਿਆ ਆ ਵਾਹਤਬ ਟੀਕਾ ਲਾ ਟੀਕਾ ਲਾ ਟੀਕਾ ਲੱਗਿਆ ਕਿਥਾ ਲਾਇਆ ਟੀਕਾ ਅੱਛਾ ਤੇ ਆਪਣਾ ਇਸ ਕੋ ਲੱਗੇ ਆ ਸ਼ਹਜ਼ਾਦ ਸ਼ਹਜ਼ਾਦ ਤੱਕ ਕੋ ਲੇਗਾ ਟੀਕਾ ਖੈਰ ਹੋਏ ਤੂੰ ਸਾਨੂੰ ਟਰੈਕਟਰ ਕਿਦਨ ਉਸ ਟੀਕਾ ਲਵਾ ਤੇ ਤੂੰ ਕੀ ਕਰਨ ਗਿਆ ਇਵੇਂ ਕੀ ਹੈ ਅੱਛਾ ਸਹੀ ਹੈ ਚਲੋ ਇਹ ਜੁੱਤੀ ਮੈਂ ਕਿਦੀ ਆਈ 300 ਰੁਪਏ ਦੀ ਤੇ ਉਸ ਬੰਦੇ ਵਲਾ ਵਲਾ ਖਾਈ ਕਿ ਅਸਲ ਲੈ ਲਵਾਂ ਮੈਂ origignal ਲੈ ਲਵਾਂ ਲੇਕਿਨ ਇਹ ਤੱਗੀ ਕਿਤਨੇ ਟੋਟਲ 2 ਮਹੀਨੇ ਇਹ ਦੇਖੀਨੋ ਇਹ ਇਹ ਪਾੜੀ ਵੰਦੀ ਏ مشورہ ضرور نیਵਣਾ ਬਈ ਕੋ ਟੱਕ ਲਵਾਉ ਜਾਂ ਚੇਂਜ ਕਰ ਦੇਉ ਬਈ ਘਨ ਘਨੋ ਤਾਂ ਇਸ ਕੋ ਮੁਰੰਮਤ ਕਰਵਾਉ ਜਾਂ ਚੇਂਜ ਕਰੂੰ ਇੰਦੇ ਬਾਰੇ ਮੈਂ ਸੋਚੇਂਦਾ ਪਿਆ ਬਹੁਤ ਸਾਰਾ ਅਸਲਾਮੁਅਲੈਕਮ ਖਰੀਅਤ ਜੀ ਠੀਕ ਹੋ ਸਿਹਤ ਤਬੀਅ ਠੀਕ ਹੈ ਮੈਂ ਤੁਹਾਡਾ ਭਰਾ ਉਮਰ ফারুক ਤੇ ਗੰਨੀ ਭਰਾ YouTube ਚੈਨਲ ਅੱਛਾ ਬਹੁਤ ਸਾਰੇ ਸਾਰੇ ਸਜਣ ਭਰਾਹਣ ਜਿਹੜੇ ਕਾਲ ਕਰਕੇ ਪੁੱਛਦੇ ਪੈਨ ਤੇ ਫੇਸ ਟੂ ਫੇਸ ਮੁਲਾਕਾਤ ਥੀਏ ਤਾਂ ਪੁੱਛਦੇ ਨੇ ਕਿ ਯਾਰ ਕਾਫੀ ਟਾਈਮ ਥੀ ਗਿਆ ਬਹੁਤ ਸਾਰੇ ਦਿਹਾੜੇ ਗੁਜ਼ਰ ਗਏ ਤੁਹਾਡੀ ਵੀਡੀਓਜ਼ ਨਹੀਂ ਆਉਣੀਆਂ ਪਈਆਂ تا اج تھاکو اسا ای ویڈیو تے دسیاسو کہ سادی ویڈیوز اخر کیوں نہیں انیا پیا کیا وجہے ہیں کیا مجبوری ہے سادی ویڈیوز کیوں نہیں انیا پیا میں کوشش کرینا بھئی تھاکو اس سوال دا جواب غنی بھرا دی زبانی سنایا وے تے اگر نہ سنا سکا نہ تا ول معذرت ویڈیو کو مکمل دیکھ سکو کیونکہ وگ ویڈیو ہے تے کچھ نئے نئے پار بھی تھاکو دیکھن کو ملسن تے اہم جیڑی سوال ہے او اے ہے کہ سادی ویڈیوز کافی ٹائم تو کافی دہڑا تو کیوں نہیں انیا پیا ਇਸ ਸਵਾਲ ਦਾ ਜਵਾਬ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲਣ ਵਾਲਾ ਹੈ ਨਾਲ ਨਾਲ ਮੈਂ ਇਹ ਦੱਸਾਂ ਚਾਹਾਂ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੈ ਲੇਕਿਨ ਬਸ ਆਦਨ ਬਿਹਾਰ ਹਾਲ ਦੇ ਚੱਲਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਤੇ ਬੰਦੇ ਕੋ ਪਰੇਸ਼ਾਨ ਨਹੀਂ ਥੀਣਾ ਚਾਹੀਦਾ ਕਿਉਂਕਿ ਜ਼ਿੰਦਗੀ ਜਿਹੜੀ ਹੈ ਇਹ ਜਿਹੜੀ ਦੁਨੀਆ ਹੈ ਫੁੱਲਾਂ ਦੀ ਸੇਜ ਨਹੀਂ ਖੰਡਾਂ ਦਾ ਘਾਰੇ ਤਾਂ ਬੰਦੇ ਕੋ ਬਹੁਤ ਸਾਰਾ ਕੁਝ برداشت ਕਰਨਾ ਪਉਂਦਾ ਹੈ اللہ سائیں ساری مدد کرے انشاءاللہ تھوڑی دعا مانال تے غنی برادی صبحانی میں کوشش کر ستا ہوں کہ سن لے سا ساری ویڈیوز کیوں نہیں انیاں پیاں تے ویڈیو کو مکمل دیکھ سو لائک کر کے نو نوے چینل تے چینل کو سبسکرائب کر کے نو گنے تے بیجے دی کٹائی شروع ہوئے جڑی بیجائی تھی سی نا اودی کٹائی شروع ہوئے تے اے ہے گاچا جڑا سا گھناے مال واسطے اپنے اے گاچا پہنچ گئے بیجے دی کٹائی دے گاچے कुछ माल चंगा गुजारा थी थे कटाइया बीजे थी दीदी बहुत सारी कोशिश के बाद गनी भिरा वीडियो के बच्चे नहीं आया क्योंकि उसकी तबीयत काफी नसाज़ है काफी ख़राब है तबीयत मूड ही नहीं उसका दिल ही नहीं थी दा कैमरे के सामने आवन तुद दस देने कि गनी फेरा के मसला आता पिए और ਆ ਕੀ ਵਜ੍ਹਾ ਹੈ ਸਾਡੀ ਵੀਡੀਓਜ਼ ਕਿਉਂ ਨਹੀਂ ਆਂਦੀਆਂ ਪਈਆਂ ਸਾਡੀ ਵੀਡੀਓਜ਼ ਨਾ ਆਉਣ ਦੀ ਵਜ੍ਹਾ ਉਹ ਗੰਨੀ ਫਿਰਾਦੀ ਤਬੀਅਤ ਹੈ ਠੀਕ ਹੈ ਗੰਨੀ ਫਿਰਾਦੀ ਸਿਹਤ ਦਾ ਕਾਫੀ ਪ੍ਰਾਬਲਮ ਆਦਾ ਪਈਏ ਪਹਿਲੇ ਬਹੁਤ ਜ਼ਿਆਦਾ ਪ੍ਰਾਬਲਮ ਆਈ ਮਹੀਨਾ ਮਹੀਨਾ ਸਾਡੀ ਵੀਡੀਓਜ਼ ਜੀ ਜੀ ਮਹੀਨਾ ਤਕਰੀਬਨ ਮਹੀਨਾ ਸਾਡੀ ਵੀਡੀਓਜ਼ ਅਪਲੋਡ ਨਾ ਨਹੀਂ ਥਈਆਂ ਤਾਂ ਵਿੱਚੂ ਬਿਲਕੁਲ ਗੰਨੀ ਫਿਰਾਦਾ ਇਲਾਜ ਸਾ ਕਾਫੀ ਕਰਾ ਤੇ ਬਿਲਕੁਲ ਸੈੱਟ ਥਈ ਜਾਏ ਠੀਕ ਹੈ ਲੇਕਿਨ ਹੁਣ ਵਲਾਹ ਦਾ 15 ਢਾਣਾ ਤੋਂ ਬਹੁਤ ਜ਼ਿਆਦਾ ਮਸਲਾ ਆਦਾ ਪਈਏ ਤਾਂ ਸਾ ਦਵਾਈ ਕਰੇਦੇ ਪਏ ਠੀਕ ਹੈ ਉਹ ਸਾਡੀ ਸਰਾਇ ਕੀ ਯਾਦ ਨਾਲ ਸਕਾਈ ਝਾ ਨਹੀਂ ਛੋੜੀ ਜਿੱਥਾਂ ਵੀ ਕਹਿੰਦ ਦੱਸ ਹੈ ਅਸਾਂ ਉਥਾਂ ਹੀ ਘਿਣ ਕੇ ਗਏ ਕੋਈ ਜਰਾ ਨਹੀਂ ਛੋੜਾ ਕੋਈ ਡਾਕਟਰ ਕੋਈ ਦਮ ਵਾਲਾ ਕੋਈ ਬੰਦੇ ਹੀ ਨਹੀਂ ਛੋੜਾ ਤਾਂ ਹੁਣ ਸਾਡਾ ਪ੍ਰੋਗਰਾਮ ਜਿਹੜਾ ਹੈ ਜ਼ਿਹਨੀ ਤੌਰ ਤੇ ਮਲਤਾਨ ਨੇ ਵੰਡਦਾ ਹੈ ਤਾਂ ਤੁਸਾਂ ਸਾਰੇ ਦੋਸਤ ਜਿੰਨੇ ਸਾਰੇ ਵੀਵਰ ਜਨ ਸਬਸਕ੍ਰਾਈਬਰ ਜਨ ਸਾਰੇ ਚਾਹਣ ਵਾਲੇ ਦੇਖਣ ਵਾਲੇ ਫੇਸਬੁੱਕ ਪੇਜ ਤੇ YouTube ਚ ਚੈਨਲ ਤੇ ਜਿੰਨੇ ਵੀ ਸਾਰੇ ਦੋਸਤ ਨੇ ਤਾਂ ਉਹਨਾਂ ਦੇ ਅਗੂ ਸਾਰੀ ਇਹ ਰਿਕੁਐਸਟ ਹੈ ਤੇ ਦਰਖਾਸਤ ਹੈ ਕਿ ਤੁਸਾਂ ਮਿਹਰਬਾਨੀ ਕਰੇ ਸੋ ਤੇ ਦਿਲੋਂ ਦੁਆ ਕਰੇ ਸੋ ਕਿ ਅੱਲਾਹ ਪਾਕ ਗਨੀ ਭਰਾਕੂ ਜਲਦ ਅਸ ਜਲਦ ਸਿਹਤ ਦੇਵੇ ਔਰ ਸਾਰੀ ਇਹ ਪ੍ਰੇਸ਼ਾਨੀ ਦੂਰ ਫਰਮਾਏ ਠੀਕ ਹੈ ਦੁਆ ਜ਼ਰੂਰ ਕਰੇ ਸੋ ਤੁਸੀਂ ਇਹ ਸਾਰੀ ਬਹੁਤ ਰਿਕੁਐਸਟ ਹੈ ਤੁਹਾਡੇ ਅਗੂ ਜਿਤਨੇ ਵੀ ਸਾਰੇ ਚਾਹਵਣ ਵਾਲੇ ਦੋਸਤ ਨੇ ਦੁਆ ਜ਼ਰੂਰ ਕਰੇ ਸੋ ਅੱਛਾ ਜਨਾ ਪਹਿਲੀ ਤਵਾਂ ਤਬੀਅਤ ਬਹੁਤ ਜ਼ਿਆਦਾ ਖਰਾਬ ਥੇ ਤਾਂ ਗੁਜ਼ਸਤਾ ਵੀਡੀਓਜ਼ ਜਿਸਾ ਦਸਾਈ ਬੇ ਗਨੀ ਭਰਾਦਾ ਪ੍ਰੋਬਲਮ ਕੀ ਹੈ ਸਿਹਤ ਦਾ ਮਸਲਾ ਕਿਹੜਾ ਹੈ ਤੇ ਸਿਹਤ ਦੀ ਖਰਾਬੀ ਕਿਹੜੀ ਹੈ ਤਾਂ ਅਸਾ ਦਸਾਈ ਬੇ ਰੀੜ ਦੀ ਹੱਡੀ ਦੇ ਵਿੱਚ ਗਨੀ ਭਰਾਕੂ شدید ਦਰਦ ਆਂਦਾ ਹੈ ਠੀਕ ਹੈ ਜਿਸ ਦਾ ਅਸਾ ਕਾਫੀ ਇਲਾ ਨਹੀਂ ਆਉਂਦਾ ਪਿਆ ਮਤਲਬ ਥੋੜਾ ਆਰਾਮ ਆਵੇ ਤੇ ਮਹੀਨਾ ਡੇਢ ਮਹੀਨਾ ਥੋੜਾ ਸਕੂਨ ਆਵੇ ਤੇ ਉਸ ਦੇ ਬਾਅਦ ਵਲਾ ਉਹ ਮਸਲਾ ਆਉਂਦਾ ਤਾਂ ਅਸਾਂ ਹੁਣ ਮਲਤਾਨ ਦਾ ਹੈ ਸਾਰਾ ਪ੍ਰੋਗਰਾਮ ਚੈੱਕ ਅਪ ਤੇ ਤੁਸੀਂ ਸਾਰੇ ਦੋਸਤ ਰਲ ਮਿਲ ਕੇ ਸਾਰੇ ਵਾਸਤੇ ਜ਼ਰੂਰ ਦੁਆ ਕਰੇ ਸੋ ਤੇ ਕੋਸ਼ਿਸ਼ ਕਰੇ ਸੋ ਜੋ ਗਨੀ ਫਿਰਾ ਠੀਕ ਠੀਕ ਗਿਆ ਤੇ ਵੀਡੀਓਜ਼ ਵਿੱਚ ਆਸੀ ਤੇ ਅੱਲਾ ਪਾਕ ਸਿਹਤ ਦਿੱਤੀ ਤੇ ਇਨਸ਼ਾਅੱਲਾ ਸਾਰੀ ਵੀਡੀਓਜ਼ ਦੇ ਵਿੱਚ ਗਨੀ ਫਿਰਾ ਆਂਦਰਾ ਸੀ ਨਹੀਂ ਤਾਂ ਤੁਹਾਡੇ ਵਾਸਤੇ ਮੈਂ ਕੋਸ਼ਿਸ਼ ਕਰੇ ਸਾਂ ਵੀਡੀਓਜ਼ ਇਨਸ਼ਾਅੱਲਾ ਘਨ ਕਿ ਆਂਦਾ ਰਸਾਂ ਉਹ ਰੌਣਕਾ ਨਾ ਹੋਸੇ ਜਿਹੜੀਆਂ ਗੰਨੀ ਫਰਾਤੇ ਹੁੰਦੇ ਆ ਹਨ ਤਾਂ ਲੇਕਿਨ ਕੋਸ਼ਿਸ਼ ਕਰੇ ਸੋ ਕਿ ਅਸਾਂ ਅੱਛਾ ਕੰਟੈਂਟ ਬਣਾਵਣ ਦੀ ਕੋਸ਼ਿਸ਼ ਕਰੇ ਸੋ ਤੁਹਾਡੇ ਵਾਸਤੇ ਇਨਸ਼ਾਅੱਲਾ ਘਨ ਕਿਆਸੂ ਆਪਣੇ ਦੁਆਵਾਂ ਵਿੱਚ ਯਾਦ ਰਖਸੋ ਗੰਨੀ ਫਰਾਵਸਤੇ ਜ਼ਰੂਰ ਦੁਆ ਕਰੇ ਸੋ ਆਪਣੇ ਭਾਈ ਉਮਰ ਫਰੂਕ ਵਾਸਤੇ ਵਕਾਸ ਭਾਈ ਵਾਸਤੇ ਤੇ ਅਸਾਂ ਤੁਹਾਡੇ ਵਾਸਤੇ ਦੁਆ ਗੋ ਹੈ ਅੱਲਾ ਸਈ ਤੁਸਾਂ ਸਾਰਾ ਕੋ ਖੁਸ਼ ਰਖੇ ਤੁਸਾਂ ਜਿੱਥਾ ਵੀ ਰਹੋ ਖੁਸ਼ ਬਾਸ਼ ਰਹੋ ਤੇ ਨਿਹਾਲ ਰਹੋ ਹੱਸਦੇ ਤੇ ਵਸਤੇ ਰਹੋ ਆਪਣੇ ਭਾਈ ਉਮਰ ਫਰੂਕ ਨੂੰ ਤੇ ਵਕਾਸ ਭਾਈ ਕੋ ਇਜਾਜ਼ਤ ਦੇ ਸੋ